ਅੱਜ ਆਪਾਂ ਬਣਾਵਾਂਗੇ ਜੀ ਵੱਡੇ ਚੱਪਣ ਕੱਦੂਆਂ ਦੀ ਸਬਜ਼ੀ। ਅਤੇ ਸਭ ਤੋਂ ਪਹਿਲਾਂ ਚੱਪਣ ਕੱਦੂ ਕੱਟ ਕੇ ਇਹਨਾਂ ਨੂੰ ਲੰਬੇ ਪੀਸ ਵਿੱਚ ਕੱਟ ਕੇ ਸਬਜ਼ੀ ਨੂੰ ਕਰ ਲੈਂਦੇ ਹਾਂ ਪਾਣੀ ਵਿੱਚ ਤਿਆਰ। ਅਤੇ ਇਸ ਤੋਂ ਬਾਅਦ ਆਪਾਂ ਕੱਟਾਂਗੇ ਮਸਾਲੇ ਅਤੇ ਹਰੀ ਮਿਰਚ, ਅਦਰਕ, ਲਸਣ ਨੂੰ ਆਪਾਂ ਕੁੰਡੇ ਵਿੱਚ ਦਰਦਰਾ ਕੁੱਟ ਕੇ ਕਰ ਲਾਂਗੇ ਤਿਆਰ। ਅਤੇ ਇੱਧਰ ਆਪਾਂ ਪਤੀਲੇ ਵਿੱਚ ਰੱਖਿਆ ਤੇਲ ਗਰਮ ਕਰਨ ਤੋਂ ਬਾਅਦ ਚੰਗੀ ਤਰੀਕੇ ਨਾਲ, ਅਤੇ ਹੁਣ ਇਹਦੇ ਵਿੱਚ ਪਾਵਾਂਗੇ 1 ਚਮਚ ਜੀਰਾ ਅਤੇ ਨਾਲ ਹੀ ਪਾ ਦਾਂਗੇ ਪਿਆਜ਼। ਪਿਆਜ਼ਾਂ ਨੂੰ ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਕੁੱਟਿਆ ਹੋਇਆ ਦਰਦਰਾ, ਜਿਹੜਾ ਹਰੀ ਮਿਰਚ, ਲਸਣ, ਅਦਰਕ ਇਹਨਾਂ ਨੂੰ ਪਾ ਕੇ ਭੁੰਨ ਲਾਂਗੇ ਸਵਾਦ ਅਨੁਸਾਰ। ਲੂਣ ਮਿਰਚ ਮਸਾਲਾ ਹਲਦੀ ਪਾ ਕੇ ਮਸਾਲੇ ਨੂੰ ਭੁੰਨਣ ਤੋਂ ਬਾਅਦ ਹੁਣ ਕੱਟੇ ਹੋਏ ਪਾ ਦਾਂਗੇ ਟਮਾਟਰ। ਟਮਾਟਰਾਂ ਨੂੰ ਵੀ ਚੰਗੀ ਤਰੀਕੇ ਨਾਲ ਨਰਮ ਕਰ ਲਾਂਗੇ। ਅਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਥੋੜ੍ਹੇ ਥੋੜ੍ਹੇ ਕਰਕੇ ਚੱਪਣ ਕੱਦੂ, ਕੱਟ ਕੇ ਮਿਕਸ ਕਰਕੇ ਮਸਾਲੇ ਦੇ ਵਿੱਚ, ਅਤੇ ਇਹਨਾਂ ਨੂੰ ਆਪਾਂ ਢੱਕ ਕੇ ਪਕਾਵਾਂਗੇ। ਅਤੇ ਲਓ ਜੀ ਆਪਣੀ 5 ਮਿੰਟਾਂ ਵਿੱਚ ਵੱਡੇ ਚੱਪਣ ਕੱਦੂਆਂ ਦੀ ਸਬਜ਼ੀ ਬਣ ਕੇ ਹੋ ਗਈ ਜੀ ਬਿਲਕੁਲ ਤਿਆਰ। ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ, ਅਤੇ ਨਾਲ ਹੀ ਪਾ ਦਾਂਗੇ ਹਰਾ ਕੱਟਿਆ ਹੋਇਆ ਧਨੀਆ। ਅਤੇ ਲਓ ਜੀ ਸਬਜ਼ੀ ਆਪਣੀ ਬਿਲਕੁਲ ਤਿਆਰ।